ਲਓ ਜੀ ਮਾਸ਼ਾਅੱਲਾ ਆਪਣੇ ਪਕੌੜਿਆਂ ਦਾ ਪੂਰ ਹੋ ਗਿਆ ਜੀ ਤਿਆਰ। ਹੁਣ ਆਪਾਂ ਇਹਨੂੰ ਲਈਏ ਕੱਢ, ਰੈਡੀ ਹੋ ਗਿਆ। ਇਹ ਰੁੜ ਕੇ ਨਿਕਲਦਾ ਮਾਲ, ਰੁੜ ਕੇ ਚਿਪਸ ਪਕੌੜੇ, ਇਹਨਾਂ ਦਾ ਮਜ਼ਾ ਹੀ ਵੱਖਰਾ ਹੈ। ਅਸਲਾਮੁਅਲੈਕਮ ਬਾਈ ਜੀ, ਕੀ ਹਾਲ ਚਾਲ ਆ? ਲੈਂਦੇ ਤੇ ਚੜ੍ਹਦੇ ਪੰਜਾਬ ਵਾਲੇ ਹੋ, ਸੁਣਾਓ ਤੁਹਾਡੇ ਵੱਲ ਵੀ ਕੋਈ ਬਾਰਿਸ਼ਾਂ ਬੁਰਸ਼ਾਂ ਹੋ ਰਹੀਆਂ ਆ? ਕਿਹੜੇ ਕਿਹੜੇ ਇਲਾਕੇ 'ਚ ਬਾਰਿਸ਼ ਹੋ ਰਹੀ ਆ ਦੱਸੋ, ਆ ਜ਼ਰਾ ਕਮੈਂਟਾਂ 'ਚ ਲਾਜ਼ਮੀ ਦੱਸੋ। ਅਤੇ ਸਾਡੇ ਜ਼ਿਲ੍ਹਾ ਨਨਕਾਣਾ ਦੇ ਵਿੱਚ ਸਾਡੀ ਵੀ ਵਾਰੀ ਆ ਗਈ ਆ, ਵਾਹਵਾ ਦਿਨ ਹੋਏ ਸੀ ਬਾਰਿਸ਼ ਨਹੀਂ ਸੀ ਆਈ, ਤਾਂ ਅਲਹਮਦੁਲਿਲਾ ਅੱਲਾਹ ਪਾਕ ਨੇ ਆਪਣੀ ਰਹਿਮਤ ਇੱਥੇ ਵੀ ਸ਼ੁਰੂ ਕਰ ਦਿੱਤੀ ਆ। ਅਤੇ ਆਓ ਤੁਹਾਨੂੰ ਜ਼ਰਾ ਨਜ਼ਾਰੇ ਚੈੱਕ ਕਰਾਈਏ ਆਪਣੀ ਗਲੀ ਦੇ, ਆਪਣੇ ਮੁਹੱਲੇ ਦੇ, ਕਿ ਬਾਰਿਸ਼ ਜਿਹੜੀ ਆ ਉਹ ਮਾਸ਼ਾਅੱਲਾ ਖੂਬ ਹੋ ਰਹੀ ਆ। ਅਤੇ ਨਾਲ ਹੀ ਅੱਜ ਜਨਾਬ ਇਸ ਬਾਰਿਸ਼ ਦੇ ਵਿੱਚ ਜਿਹੜਾ ਉਹ ਪਕੌੜੇ ਬਣਾਉਂਦੇ ਹਾਂ, ਕਿਉਂਕਿ ਬਾਰਿਸ਼ ਦੇ ਵਿੱਚ ਪਕੌੜੇ ਖਾਣ ਦਾ ਬਣਾਉਣ ਦਾ ਸਵਾਦ ਹੀ ਵੱਖਰਾ ਆ। ਅਤੇ ਆ ਜਾਓ ਫਿਰ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਆਹ ਵੇਖੋ ਜੀ, ਮਾਸ਼ਾਅੱਲਾ ਇੰਜੋਏ ਕਰ ਰਹੇ ਬੱਚੇ, ਸਵੀਮਿੰਗ ਪੂਲ ਬਣਿਆ ਆ, ਲੰਮਾ ਹੀ ਹਿਸਾਬ ਕਿਤਾਬ, ਬਾਰਿਸ਼ ਵਾਹਵਾ ਹੋਣ ਦਈ ਆ। ਬੱਚਿਆਂ ਨੂੰ ਵੀ ਠੰਡ ਪੈ ਗਈ ਆ, ਮਾਸ਼ਾਅੱਲਾ ਅੱਲਾਹ ਪਾਕ ਨੇ ਰਹਿਮਤ ਕਰਤੀ ਆਪਣੀ। ਵੇਖੋ ਨਜ਼ਾਰੇ, ਸਾਡੀ ਗਲੀ ਦੇ ਨਜ਼ਾਰੇ ਚੈੱਕ ਕਰੋ ਜ਼ਰਾ, ਇੰਨਾ ਪਾਣੀ ਦਾ ਜ਼ੋਰ, ਔਰ ਮਾਸ਼ਾਅੱਲਾ ਧੁੰਨ ਕੇ ਬਾਰਿਸ਼ ਹੋ ਗਈ ਆ। ਬਾਰਿਸ਼ ਅੱਲਾਹ ਪਾਕ ਦੀ ਬੜੀ ਵੱਡੀ ਨਿਮਤ ਆ ਜੀ। ਅਤੇ ਵੇਖੋ ਸਾਰੀ ਆਵਾਮ ਬਾਹਰ ਨਿਕਲ ਕੇ ਤਾਂ ਆਪਣਾ ਜਿਹੜਾ ਹੈ ਨਾ ਜੀ, ਗਰਮੀ ਦੂਰ ਕਰਨ ਦਾ ਹੀ ਆ, ਨਹਾਉਣ ਦਾ ਹੈ। ਇੱਧਰ ਵੀ ਮੁੰਡੇ ਆ, ਇੱਧਰ ਵੀ ਲੱਗੇ ਆ ਬੱਚੇ, ਇੰਜੋਏ ਕਰਨ ਦਾ, ਠੰਡ ਪਾਉਣ ਦਾ ਆਪਣੇ ਆਪ ਨੂੰ। ਗਰਮੀ ਨੇ ਬੜੇ ਚਗਿਆੜੇ ਕੱਢੇ ਆ 4 ਦਿਨ, ਅਤੇ ਅੱਲਾਹ ਪਾਕ ਦਾ ਸ਼ੁਕਰ ਆ ਕਿ ਹੁਣ ਰਹਿਮਤ ਹੋ ਗਈ ਆ। ਲਓ ਜੀ, ਆਹ ਸਾਡੇ ਮੁਹੱਲੇ ਦਾ ਸ਼ੇਰ ਆ, ਬੱਬਰ ਸ਼ੇਰ, ਭਾਈ ਅਫਜ਼ਾਲ, ਇਹ ਵੀ ਆਪਣੀ ਗਰਮੀ ਦੂਰ ਕਰਨ ਵਾਸਤੇ ਬਾਹਰ ਨਿਕਲਿਆ ਮੈਦਾਨ 'ਚ। ਆਹ ਚੌਂਕ 'ਚ ਖਲੋਤਾ ਬਨੈਣ ਪਾ ਕੇ, ਇੱਧਰ ਅਲੀ ਭਾਈ ਕ੍ਰਿਕਟ ਮੈਨ, ਇਹ ਕ੍ਰਿਕਟਰ ਵੀ ਆ ਸਾਡਾ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਰਹਿਮਤ ਹੋ ਗਈ ਅੱਲਾ ਦੀ। ਲਓ ਜੀ, ਆਲੂ ਛਿੱਲ ਕੇ ਅਤੇ ਤਿਆਰੀ ਕਰੀਏ ਪਕੌੜਿਆਂ ਦੀ, ਕਿਉਂਕਿ ਮੁੜ ਕੇ ਬਾਰਿਸ਼ ਹਟ ਜਾਵੇ ਤਾਂ ਫਿਰ ਉਹ ਚੱਸ ਨਹੀਂ ਨਾ ਰਹਿਣੀ, ਜਿਹੜੀ ਬਾਰਿਸ਼ ਹੁੰਦੀ ਆ ਪਕੌੜੇ ਖਾਣ ਦਾ ਸਵਾਦ ਆਉਣਾ ਹੈ ਨਾ ਜੀ। ਅਤੇ ਕਿਹੜੇ ਕਿਹੜੇ ਭਰਾ ਦੇ ਫੇਵਰੇਟ ਆ ਪਕੌੜੇ, ਜ਼ਰਾ ਇਹ ਵੀ ਹਾਜ਼ਰੀ ਲਵਾਇਓ, ਦੱਸਿਓ ਜ਼ਰੂਰ। ਲਓ ਜੀ, ਮਾਸ਼ਾਅੱਲਾ ਮਸਾਲਾ ਮਟੀਰੀਅਲ ਆਪਣਾ ਜਿਹੜਾ ਹੈ ਨਾ ਜੀ, ਇਹ ਹੋ ਗਿਆ ਵਾ ਤਿਆਰ। ਹੁਣ ਪਾਉਂਦੇ ਹਾਂ ਪੂਰ ਪਕੌੜਿਆਂ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪਕੌੜੇ ਲੱਗਦਾ ਹਰ ਬੰਦੇ ਦੇ ਹੀ ਫੇਵਰੇਟ ਹੋਣੇ ਆ, ਇਹ ਆਈਟਮ ਹੀ ਇੱਦਾਂ ਦੀ ਆ ਕਿ ਹਰ ਬੰਦਾ ਹੀ ਖੁਸ਼ ਹੋ ਕੇ ਖਾ ਲੈਂਦਾ ਹੋਣਾ, ਜਿਨ੍ਹਾਂ 'ਚ ਅਸੀਂ ਵੀ ਸ਼ਾਮਿਲ ਹਾਂ। ਬਹੁਤ ਪਸੰਦੀਦਾ ਆ ਸਾਡੇ ਪਕੌੜੇ। ਲਓ ਜੀ, ਪੂਰ ਪਾਤਾ ਆਪਾਂ, ਮੈਂ ਤਾਂ ਫਾਤਮਾ ਸੀ ਜੀ, ਸਾਰਾ ਜਿਹੜਾ ਹੈ ਨਾ ਗਲੀ ਦਾ ਮਾਹੌਲ ਉਹ ਦੈਂ ਚੈੱਕ ਕਰਨ ਵੀ ਕੌਣ ਕੌਣ ਸਫਾਈ ਕਰਨ ਗਿਆ ਗਲੀ ਦੇ ਵਿੱਚ, ਅਤੇ ਆਓ ਫਿਰ ਤੁਹਾਨੂੰ ਵੀ ਵਿਖਾਉਂਦੇ ਹਾਂ ਵੀ ਗਲੀ 'ਚ ਸਫਾਈ ਕਿਹੜਾ ਕਿਹੜਾ ਬੰਦਾ ਕਰ ਰਿਹਾ ਹੈ। ਲਓ ਜੀ, ਸਾਡੀ ਜਿਹੜੀ ਗਲੀ ਹੈ ਨਾ, ਇਹਦੇ ਵਿੱਚ ਜਦੋਂ ਬਾਰਿਸ਼ ਤੋਂ ਬਾਅਦ ਜਿਹੜਾ ਹੈ ਨਾ, ਆਹ ਮੁੰਡੇ ਮੁੰਡੇ ਰੈਪਰ ਫੜ ਲੈਂਦੇ ਆ, ਨਾਲੋਂ ਨਾਲ ਹੀ ਇਹਨੂੰ ਸਫਾਈ ਕਰਨਾ ਸ਼ੁਰੂ ਕਰ ਲੈਂਦੇ ਆ। ਇੱਧਰ ਵਲੀ ਵੀ ਸ਼ੁਰੂ ਹੋਇਆ ਵਾ, ਵਲੀ ਕੋਲ ਹਜੇ ਪਾਣੀ ਜ਼ਿਆਦਾ ਆ। ਇੱਧਰ ਮੋਮਨ ਸਾਹਿਬ ਲੱਗੇ ਆ, ਇੱਧਰ ਬਾਬੂ ਲੱਗਾ ਆ,
ਇਹ ਮੌਕਾ ਹੁੰਦਾ ਆ ਬੜਾ ਸਫਾਈ ਕਰਨ ਦਾ ਨਾ ਗਲੀ ਨੂੰ, ਕਿਆ ਜਿਹੜਾ ਕਚਰਾ ਕੁਚਰਾ ਕੋਈ ਨਾਲ ਮਿੱਟੀ ਵਗੈਰਾ ਬਾਹਰ ਨਿਕਲਦੀ ਹੈ ਨਾ, ਇਹ ਨਾਲੋਂ ਨਾਲ ਪਾਣੀ ਦੇ ਪ੍ਰੈਸ਼ਰ ਨਾਲ ਰੋੜੀ ਜਾਂਦੀ ਆ ਫਿਰ ਨਾਲੀ ਦੇ ਵਿੱਚ। ਪਾਣੀ ਉਤਰ ਗਿਆ ਹੁਣ ਸਾਰਾ, ਅੱਗੇ ਇੱਥੋਂ ਤਾਂ ਹੀ ਸੀਗਾ ਸਾਰਾ ਪਾਣੀ, ਬਾਰਿਸ਼ ਰੁਕ ਗਈ ਆ, ਘੱਟ ਹੋ ਗਈ ਹੁਣ। ਲਓ ਜੀ ਮਾਸ਼ਾਅੱਲਾ ਪਕੌੜੇ ਸਾਡੇ ਜਿਹੜੇ ਉਹ ਰੈਡੀ ਹੋ ਗਏ, ਅਤੇ ਕੈਚਅਪ ਅਸੀਂ ਗਿਆ ਵੀ ਪਾ ਕੇ, ਅਤੇ ਨਾਲ ਇਹਨਾਂ ਨੂੰ ਦਿੰਦੇ ਹਾਂ ਪਲੇਟਾਂ। ਬਲੀ ਵੀ ਸਾਡਾ ਬਹਿ ਗਿਆ ਅਤੇ ਬਲੀ ਹੋਣਾ ਦੇ ਮਾਮੂ ਆਏ ਫੈਸਲਾਬਾਦ ਤੋਂ, ਅਤੇ ਉਹ ਆਉਂਦੇ ਹੁੰਦੇ ਦਾਣੇ ਦਾਣੇ 'ਤੇ ਲਿਖਾ ਹੈ ਖਾਣੇ ਵਾਲੇ ਦਾ ਨਾਮ, ਅਤੇ ਇਹ ਭਰਾ ਸਾਡਾ ਵੀ ਪਹੁੰਚ ਆਇਆ, ਤਾਂ ਅਸੀਂ ਕਿਹਾ ਆ ਜਾ ਅਤੇ ਸਾਡੇ ਨਾਲ ਹੀ ਤੂੰ ਵੀ ਭਾਈ ਬਹਿ ਕੇ ਪਕੌੜੇ ਇੰਜੋਏ ਕਰ, ਬਾਰਿਸ਼ ਹੋਈ ਆ। ਉਮੀਦ ਆ ਭਰਾਵਾਂ ਨੂੰ ਅੱਜ ਦਾ ਵੀਡੀਓ ਪਸੰਦ ਆਊਗਾ, ਜੇ ਪਸੰਦ ਆਇਆ ਲਾਈਕ ਸ਼ੇਅਰ ਜ਼ਰੂਰ ਕਰਿਓ, ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਰਦੇ ਮਾਨ 'ਚ ਰੱਖੇ, ਖੁਸ਼ ਰਹੋ, ਆਬਾਦ ਰਹੋ। ਅਗਲੇ ਵੀਡੀਓ 'ਚ ਫਿਰ ਮਿਲਾਂਗੇ ਇਨਸ਼ਾਅੱਲਾ, ਖੁਦਾ ਹਾਫਿਜ਼।